हमारे न्यूज़ चैनल को सब्सक्राइब करें और अपने शहर की लेटेस्ट न्यूज़ वीडियोस देखने के लिए साथ में लगे घंटी वाले बटन को दबाएं। ਨਾਮਤਾ ਰਿਸ਼ੀ ਦੀ ਸਮਾਰਕ ਲੁਧਿਆਣਾ ਵਿਖੇ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਕਿਰਪਾ ਸਦਕਾ 2 ਸਤੰਬਰ ਤੋਂ ਚੱਲ ਰਹੇ ਨਾਮ ਸਿਮਰਨ ਜਪ ਪ੍ਰਯੋਗ ਦੇ 12ਵੇਂ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਤੜਕੇ 4 ਵਜੇ ਪੁੱਜ ਕੇ ਵਾਹਿਗੁਰੂ ਦਾ ਜਾਪ ਕੀਤਾ। ਇਸ ਮੌਕੇ 'ਤੇ ਮਾਸਟਰ ਦਰਸ਼ਨ ਸਿੰਘ ਅਤੇ ਸੁਖਵਿੰਦਰ ਸਿੰਘ ਦੇ ਜੱਥੇ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਇਸ ਮੌਕੇ 'ਤੇ ਅਮਰੀਕਾ ਦੇ ਪ੍ਰਸਿੱਧ ਰਾਗੀ ਸੁਖਦੇਵ ਦਾ ਲੁਧਿਆਣਾ ਦੀ ਪ੍ਰਬੰਧਕ ਕਮੇਟੀ ਸੰਤ ਗੁਰਮੁਖ ਸਿੰਘ, ਰਹਿਬਰ ਅਜੀਤ ਸਿੰਘ ਨਾਮਧਾਰੀ, GP ਸਿੰਘ, ਬਲਵਿੰਦਰ ਸਿੰਘ ਅਤੇ ਨਿਰਮਲ ਸਿੰਘ ਭੱਟੀ ਨੇ ਵਿਸ਼ੇਸ਼ ਸਨਮਾਨ ਕੀਤਾ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਿਆ। ਐਨਕਾਊਂਟਰ ਨਿਊਜ਼ ਲੁਧਿਆਣਾ ਤੋਂ ਲਖਵੀਰ ਸਿੰਘ ਦੀ ਰਿਪੋਰਟ। ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਨਾਮਧਾਰੀ ਸੰਗਤ ਲੁਧਿਆਣਾ ਨਾਮਧਾਰੀ ਸ਼ਹੀਦੀ ਸਮਾਰਕ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਸਾਲਾਨਾ ਜਪ ਪ੍ਰਯੋਗ ਕਰ ਰਹੀ ਹੈ। 2 ਸਤੰਬਰ ਤੋਂ ਅੱਜ ਇਸ ਦੇ ਜੋ ਜਪ ਪ੍ਰਯੋਗ ਹੋ ਰਿਹਾ, 6 ਮਹੀਨੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਬੱਚੇ ਅਤੇ ਬਜ਼ੁਰਗ ਮਾਈਆਂ ਭਾਈ ਸਾਰੇ ਇੱਥੇ ਦਰਸ਼ਨ ਦਿੰਦੇ ਨੇ। ਸਾਨੂੰ ਸੱਚੇ ਪਾਤਸ਼ਾਹ ਦਾ ਨਾਮ ਦਾ ਸਿਮਰਨ ਕਰਕੇ ਸਾਨੂੰ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਸਾਧੂ ਪ੍ਰਤਾਪ ਸਿੰਘ ਜੀ ਨੂੰ ਚਲਾਏ ਇਸ ਜਪ ਪ੍ਰਯੋਗ ਵਿੱਚ ਸਾਧੂ ਰਣਜੀਤ ਸਿੰਘ ਦੀ ਕਿਰਪਾ ਦੇ ਨਾਲ ਅਤੇ ਹੁਣ ਵਰਤਮਾਨ ਸਾਧਗੁਰੂ ਉਦੇ ਸਿੰਘ ਦੀ ਕਿਰਪਾ ਨਾਲ ਦੇਸ਼ ਵਿਦੇਸ਼ ਇਹ ਜਪ ਪ੍ਰਯੋਗ ਹੋ ਰਿਹਾ। ਉਸੇ ਲੜੀ ਦਾ ਇਹ ਜਪ ਪ੍ਰਯੋਗ ਜੋ ਹੈ ਇਹ ਲੁਧਿਆਣਾ ਵਿਖੇ ਸਾਧ ਸੰਗਤ ਕਰ ਰਹੀ ਹੈ। ਸਾਧੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰੀ ਸਾਸ ਕਿਸੇ ਤਰ੍ਹਾਂ ਉਦਮ ਬਖਸ਼ਣ ਅਤੇ ਅੱਜ ਦਾ ਜੋ ਮੇਲਾ ਹੈ, ਜੋ ਲੰਗਰ ਦੀ ਸੇਵਾ ਹੈ, ਸੰਤ GV ਸਿੰਘ ਜੀ ਜੋ ਇੱਥੋਂ ਦੇ ਮੁੱਖ ਪ੍ਰਬੰਧਕਾਂ ਦੀ ਤਰ੍ਹਾਂ ਸੇਵਾ ਕਰਦੇ ਹੀ ਰਹਿੰਦੇ ਨੇ, ਅੱਜ ਲੰਗਰ ਦੀ ਸੇਵਾ ਵੀ ਉਹਨਾਂ ਦੇ ਪਰਿਵਾਰ ਵੱਲੋਂ ਹੈ। ਇਸੇ ਤਰ੍ਹਾਂ ਹੀ ਹਰ ਰੋਜ਼ ਸਾਧੂ ਸੱਚੇ ਪਾਤਸ਼ਾਹ ਜੀ ਆਪਣੇ ਸੇਵਕਾਂ 'ਤੇ ਕਿਰਪਾ ਕਰਕੇ ਸਾਰੀ ਸੇਵਾ ਕਰਵਾਉਂਦੇ ਨੇ। ਉਹ ਸਾਰਿਆਂ ਨੂੰ ਸਿੱਖੀ ਸਿਰ ਭਰੋਸਾ ਅਤੇ ਨਾਮਦਾਨ ਬਖਸ਼ਦੇ ਨੇ।